सत श्री अकाल दोस्तों, मैं परमिंदर सिंह टिवाणा इस वक्त पिंड जरग मशहूर पिंड है राजे जगदेव नाल संबंधित है। इतों का मेला बड़ा मशहूर है, चल चलीए जरग के मेले मुंडा तेरा मैं चुक लूँ। जिहा वेख्या जरग का मेला तो जिही तेरी गुत्त वेख ली। पर वक्त दे नाल बहुत सारिया चीज़ा जरग के अलोप हो गई। जिहड़ियां पुरानियां चीज़ा मैं इस पिंड दे विच वेखियां तुहानूं दिखाउने आ। आ ट्यूबवैल बड़ा पुराना, पिछे हैल्थ सेंटर है, तो बस स्टैंड भी बहुत पुराना हैगा, वह भी दिखावांगे। तो कुछ पुराने बंदे ने उन्हां नाल गलबात करदे आ। जदों पंजाब दे विच जिहड़े आ ट्यूबवैल बनने शुरू होए, तो ये ट्यूबवैल बाई जी होरां नूं पुछदे आ, गलबात करदे आ इन्हां दे नाल। तो ये ट्यूबवैल जदों लगने शुरू होए, ये मेरे ख्याल 1955 के आस पास का ये ट्यूबवैल है। पंजाब दे विच तुसीं यूपी च भी वेख्या होना इस तरह के ट्यूबवैल लगे हुए ने। तो इन्हां च बहुत ही जिहड़ी मशीनरी सीगी ਉਹ ਉਸ ਵਕਤ ਸ਼ਾਇਦ ਬਾਹਰੋਂ ਮੰਗਾਈ ਸੀ। 1955 ਦੇ ਆਸ ਪਾਸ ਇਹ ਵੱਡੇ ਟਿਊਬਵੈਲ ਲੱਗੇ ਸੀਗੇ, ਸ਼ਾਇਦ ਉਸ ਵਕਤ ਦਾ ਟਿਊਬਵੈਲ ਹੈ। ਅਤੇ ਉਹ ਪਿੱਛੇ ਤੁਸੀਂ ਵੇਖ ਰਹੇ ਹੋ ਮੇਰੇ, ਉਹ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਸੀਗਾ ਇਸ ਪਿੰਡ ਦੇ ਵਿੱਚ, ਉਹ ਵੀ ਪੁਰਾਣਾ। ਕਿਸੇ ਪੁਰਾਣੇ ਬੰਦੇ ਨੂੰ ਸ਼ਾਇਦ ਇੱਥੇ ਬੈਠੇ ਉਹਨਾਂ ਨੂੰ ਪੁੱਛਦੇ ਹਾਂ ਜਿਨ੍ਹਾਂ ਨੂੰ ਉਸ ਬਾਰੇ ਵਾਕਫੀਅਤ ਹੈ, ਅਤੇ ਇਸ ਮੁਤਲਕ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ ਤੁਹਾਡਾ। ਕੀ ਨਾਂ ਤੁਹਾਡਾ? ਹਰਕੇਵਲ ਸਿੰਘ ਜੀ। ਹਰਕੇਵਲ ਸਿੰਘ, ਹਾਂਜੀ। ਆਹ ਜਿਹੜਾ ਟਿਊਬਵੈਲ ਹੈ ਕਾਫੀ ਪੁਰਾਣਾ ਹੈ, ਸੁਣਿਆ ਇੱਥੇ ਧਰਮਿੰਦਰ ਵੀ ਨੌਕਰੀ ਕਰਦਾ ਰਿਹਾ, ਫਿਲਮਾਂ ਵਾਲਾ, ਬਾਲੀਵੁੱਡ ਵਾਲਾ। ਬਿਲਕੁਲ ਕਰਦਾ ਰਿਹਾ, ਸਨੀ ਦਿਓਲ ਦਾ ਪਾਪਾ ਐਮਪੀ ਦਾ। ਹਾਂਜੀ ਹਾਂਜੀ ਹਾਂਜੀ। ਅੱਛਾ, ਕਿਹੜੇ ਕਿਸਾਨ ਚ ਧਰਮਿੰਦਰ ਇੱਥੇ ਕੰਮ ਕਰਦਾ ਸੀਗਾ? ਇਹ ਜੀ ਟਿਊਬਵੈਲ ਲੱਗਿਆ 1955 ਦੇ ਵਿੱਚ। ਅੱਛਾ। ਇਸ਼ੂ ਹੋਇਆ, ਮਤਲਬ ਅੱਛਾ 1956 ਚ ਇਹਨੂੰ ਕਨੈਕਸ਼ਨ ਮਿਲਿਆ। ਅੱਛਾ। 2 ਸਾਲ ਧਰਮਿੰਦਰ ਨੇ ਇੱਥੇ ਮਤਲਬ ਡਿਊਟੀ ਨਿਭਾਈ ਓਪਰੇਟਰ ਦੇ ਤੌਰ 'ਤੇ। ਅੱਛਾ। ਉਸ ਤੋਂ ਬਾਅਦ ਜਰਗ 'ਚ ਹੀ ਉਹਦੀ ਰਿਹਾਇਸ਼ ਸੀ। ਉਦੋਂ ਬਾਅਦ ਉਹਨੇ ਅਸਤੀਫਾ ਦੇ ਕੇ ਮਤਲਬ ਬੰਬੇ ਚਲੇ ਗਏ। ਜੇ ਪੁੱਛਣਾ ਚਾਹੁੰਦੇ ਮਤਲਬ ਬਈ ਧਰਮਿੰਦਰ ਦੀ ਕੀ ਕਿੱਥੇ ਰਹਿੰਦਾ ਸੀ ਉਦੋਂ? ਹਾਂ ਹਾਂ ਹਾਂਜੀ ਹਾਂਜੀ, ਉਹ ਵੀ ਦੱਸ ਦਿੰਦਾ। ਧਰਮਿੰਦਰ ਸਾਡੇ ਬਾਜ਼ਾਰ ਤੋਂ ਅੱਗੇ ਜਾ ਕੇ, ਬੜਾ ਪੁਰਾਣਾ ਬਾਜ਼ਾਰ ਆ, ਅੰਦਰਲਾ ਬਾਜ਼ਾਰ। ਹਾਂਜੀ, ਉਹ ਤੋਂ ਅੱਗੇ ਜਾ ਕੇ ਨਾ ਦੋ ਮਕਾਨ ਆਉਂਦੇ ਨੇ, ਦੋਨਾਂ ਦੇ ਉੱਤੇ ਚੁਬਾਰੇ ਨੇ। ਅੱਛਾ। ਇੱਕ ਧਰਮਿੰਦਰ ਰਹਿੰਦਾ ਸੀ, ਇੱਕ ਦੇ ਵਿੱਚ ਸਾਡੇ ਪਿੰਡ ਦੀ ਮਤਲਬ ਬਰਾਦਰੀ ਦਾ ਕੋਈ ਮੈਂਬਰ। ਉਹਦਾ ਵੀ ਉਹ ਟੈਟੂ ਗਏ, ਚੁਬਾਰੇ ਹੈਗੇ ਆ ਪੁਰਾਣੇ? ਨਹੀਂ, ਹਾਂ ਕੁਛ ਨਾ, ਹੁਣ ਟਹਿ ਗਏ, ਢਾ ਦਿੱਤੇ ਗਏ, ਕਿਰਾਏ 'ਤੇ ਰਹਿੰਦਾ ਸੀ। ਹਾਂ, ਉੱਥੇ ਹੁਣ ਉਹਦੀ ਧਰਮਿੰਦਰ ਦੀ ਕੋਈ ਹੋਰ ਕੁਛ ਪੁੱਛਣੀ ਚਾਹੁੰਦੇ ਸਨ? ਅੱਛਾ। ਉਹਦੀ ਜਾਣੀ ਜਿਹੜੀ ਦੋਸਤੀ ਸੀ ਸਾਡੇ ਉਹ ਪਿੰਡ ਦੇ ਵਿੱਚ, ਗਵਾਂਢ ਦੇ ਵਿੱਚ ਇੱਕ ਲੜਕੀ ਨਾਲ ਦੋਸਤੀ ਪੈ ਗਈ। ਅੱਛਾ। ਹਾਂਜੀ, ਓਕੇ। ਫਿਰ ਉਹ ਇੱਥੋਂ ਚਲਾ ਗਿਆ, ਉੱਥੋਂ ਫਿਰ ਉਹਨੇ ਰਿਜਾਇਨ ਦੇ ਕੇ, ਉਹਦੇ ਖਾਨੀ ਮਨ ਦੇ ਵਿੱਚ ਪਤਾ ਨਹੀਂ ਕੀ ਆਇਆ ਕੀ ਨਹੀਂ, ਵੀ ਮੈਂ ਬਾਲੀਵੁੱਡ 'ਚ ਜਾਣਾ ਹੈ। ਅਤੇ ਕਿੱਦਾਂ ਕਬੱਡੀ ਵਗੈਰਾ ਵੀ ਖੇਡਦਾ ਸੀ ਸ਼ਾਇਦ, ਉਹ ਖਿਡਾਰੀ ਵੀ ਸੀ। ਕਬੱਡੀ ਬਾਰੇ ਤਾਂ ਨਹੀਂ ਐਡੀ ਜਾਣਕਾਰੀ ਆਪਾਂ ਨੂੰ, ਆਪਾਂ ਮਤਲਬ ਵਿਵਾਦ ਉਦੋਂ ਸੀਗਾ ਉਹਦਾ ਕੋਈ? ਹਾਂ, ਕਿਉਂਕਿ ਹੋ ਸਕਦਾ ਵੀ ਕਬੱਡੀ ਖਿਡਾਰੀ ਹੋਵੇ, ਕਿਉਂਕਿ ਕਿਉਂ ਦੀ ਜਿਹੜੀ ਬੋਡੀ ਅੱਜ ਤੱਕ ਵੀ, ਹੁਣ ਉਹ 91 ਸਾਲ ਦਾ ਹੋਣ ਵਾਲਾ, ਠੀਕ ਹੈ ਨੀ, ਅੱਜ ਵੀ ਦੁਬਾਰਾ ਫਿਲਮਾਂ ਦੇ ਵਿੱਚ ਦੁਬਾਰਾ ਕਦੇ ਫੇਰ ਉਹ ਆਇਆ ਆਪਣੇ ਇਸ ਜਗ੍ਹਾ ਤੇ ਜਿੱਥੇ ਉਹ ਰਹਿੰਦਾ? ਨਹੀਂ, ਇੱਥੇ ਆਉਂਦਾ ਰਹਿੰਦਾ ਸਾਨੇ ਵਾਲਾ, ਮੁੜ ਕੇ ਜਰਗ ਨਹੀਂ ਆਇਆ ਹੈਗਾ। ਜਰਗ ਨਹੀਂ ਆਇਆ, ਸ਼ਾਇਦ ਉਹਨੂੰ ਉਹ ਆਪਣੇ ਕਰੇ ਹੋਏ ਦਾ ਸ਼ਾਇਦ ਅਹਿਸਾਸ ਹੋ ਗਿਆ ਹੋਵੇ। ਅਹਿਸਾਸ ਹੋ ਗਿਆ। ਤੇ ਇਹ ਜਿਹੜਾ ਪਿੱਛੇ ਟਿਊਬਵੈਲ ਹੈ ਤੇ ਇੱਕ ਅੱਡਾ, ਇਹ ਪੁਰਾਣੀਆਂ ਚੀਜ਼ਾਂ ਰਹਿ ਗਈਆਂ ਨੇ, ਬੱਸ ਅੱਡਾ ਤੇ ਟਿਊਬਵੈਲ। ਹੋਰ ਤਾਂ ਇੱਕ ਇੱਥੇ ਲਾਇਬ੍ਰੇਰੀ ਸੀ ਸ਼ਹੀਦ ਜਤਿੰਦਰ ਸਿੰਘ ਹੋਰਾਂ ਦੇ ਨਾਮ ਤੇ, ਉਹ ਹੈਗੀ ਹੈ ਜੀ, ਉਹ ਹੈਗੀ ਆ। ਪੁਰਾਣਾ ਸਕੂਲ ਵੀ ਉਹਨਾਂ ਦੇ ਨਾਂ ਤੇ? ਬਿਲਕੁਲ ਹੈਗਾ ਜੀ, ਉਹ ਇਮਾਰਤਾਂ ਦੇ ਪਿੱਛੇ ਆ। ਅੱਛਾ, ਬੜਾ ਪੁਰਾਣਾ ਸਕੂਲ। ਅੱਛਾ, ਜਿਹੜਾ ਮੇਲਾ ਉਰੇ ਲੱਗਦਾ ਹੈ ਤੇ ਅੰਦਰਲਾ ਬਾਜ਼ਾਰ ਸੀ, ਉਹ ਵੀ ਤਕਰੀਬਨ 84 ਤੋਂ ਬਾਅਦ ਬਹੁਤ ਸਾਰੇ ਮਹਾਜਨ ਚਲੇ ਗਏ, ਬਾਜ਼ਾਰ ਬੰਦ ਹੋ ਗਿਆ ਜਦੋਂ ਭਾਈਚਾਰਾ ਹਿੰਦੂ ਇੱਥੋਂ ਮਾਈਗ੍ਰੇਟ ਹੋ ਗਿਆ। ਬਿਲਕੁਲ ਬਿਲਕੁਲ ਸਹੀ ਗੱਲ। ਤੇ ਜਿਹੜਾ ਮੇਲਾ ਉਹ 'ਚ ਕੀ ਤਬਦੀਲੀਆਂ ਆ ਗਈਆਂ ਹੁਣ ਜੀ? ਮੇਲੇ ਦੇ ਵਿੱਚ ਤਾਂ ਇਹ ਹੋ ਗਿਆ ਜੀ, ਸਭ ਪਤਾ ਗੱਲ ਕੀ ਆ, ਹਰ ਅੱਗੇ ਮੇਲਾ ਜਿਹੜਾ ਭਰਦਾ ਸੀ ਉਹ ਲੋਕ ਪੈਦਲ ਚੱਲ ਕੇ ਸ਼ੌਕ ਨਾਲ ਆਉਂਦੇ ਸੀ। ਹੁਣ ਆਪਣੇ ਕੋਲ ਸਾਰੇ ਵਹੀਕਲ ਹੋ ਗਏ, ਅਸੀਂ ਸ਼ੌਕ ਨਹੀਂ, ਅਸੀਂ ਤਾਂ ਫੁਕਰੇਬਾਜ਼ੀ ਕਰਨ ਮੇਲੇ 'ਚ ਆਉਂਦੇ। ਅੱਛਾ, ਗਾਉਣ ਬਹੁਤ ਲੱਗਦੇ ਸੀਗੇ, ਹੁਣ ਘੱਟ ਲੱਗਦੇ ਆ? ਨਹੀਂ, ਲੱਗ ਰਹੇ ਨੇ, ਲੇਕਿਨ ਜਗ੍ਹਾ ਜਗ੍ਹਾ 'ਤੇ ਲੱਗ ਰਹੇ ਨੇ। ਅੱਛਾ, ਇੱਧਰ ਦੁਲਿਆਣਾ ਸਾਡਾ ਇੱਕ ਦੁਲਿਆਣਾ ਟੋਭਾ ਤਲਾਬ, ਹਾਂ ਜਾਂ ਚਲ ਤਲਾਬ ਕਹਿ ਦਿੰਦੇ ਹਾਂ, ਤੁਸੀਂ ਟੋਭਾ ਕਹਿੰਦੇ, ਮੈਂ ਤਲਾਬ ਕਹਿੰਦਾ। ਅੱਛਾ। ਉੱਥੇ ਬੜੀਆਂ ਮਾਨਤਾ ਮੰਨੀ ਜਾਂਦੀ ਸੀ, ਹੁਣ ਜਾਣੀ ਪਤਾ ਨਹੀਂ ਕਿਉਂ ਪਰਮਾ ਕੁਦਰਤ ਨੇ ਮਤਲਬ ਉਹ ਭਰਤਾ। ਅੱਛਾ, ਬੜੇ ਬਖਸ਼ੀ ਆਉਂਦੇ ਸੀ। ਹਾਂ, ਦੁਲਿਆਣਾ ਟੋਭਾ। ਹਾਂਜੀ, ਦੁਲਿਆਣਾ ਟੋਭਾ। ਦੁਲਿਆਣਾ ਕਿਉਂ ਕਹਿੰਦੇ, ਕੋਈ ਦੁੱਲੇ ਦੇ ਨਾਂ 'ਤੇ ਸੀ ਜਾਂ? ਨਹੀਂ, ਇਹ
कोई बजुर्गों नूं पता होगा दूला हाँ जी इहदे बारे आपां नूं इन्नी जानकारी हाँ मैं वेख रहा नलके भी बंद हो गए कि मैं वीर नूं कहांगा कैमरामैन नूं ते आ ट्यूबवैल इधर सामने ते आ नलका आ मैनूं गीत चेते आउंदा मित्रां दे ट्यूबवैल ते लीड़े धोण दे बहाने आ जा वे हुण साडे बापू ने नलके ते मोटर ला ली हुण तां नलकियां भी उह तां नलके ते मोटरां भी उतर गईयां अच्छा इह ट्यूबवैल चलदा हुण हाँ जी इह ट्यूबवैल चलदा लेकिन चलदा इस करके आ इह जिहड़ा जिहड़ा पहला प्रोग्रेस सी जिहड़ी इहदी पहली थ्यूरी सी उह नहीं अच्छा हुण इहदे समर्सीबल यूज़ कीता है दोबारा बोर किया नहीं 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 उस बोर के समर्सीबल मोटर वो अच्छा मोटर पाती उस ये 20 हार्स पावर का कोई ले लोग वरतते पानी खेतों ये थोड़ा जहा वरतने जाने कि मान लो भी दो एकड़ आदमी लोग यूज करते हैं इस पानी अच्छा ये जेडे इन वरतते हैं वह क्योंकि ट्यूबवैल कारपोरेशन बंद होगी यूपी च भी मैं वेख्या लाली टोड़ा उन्होंने फार्म नेड़े है इंडिया च सारी ही ट्यूबवैल लगे से यह पानी का कोई बिल बुल देंगे लोग फ्री है बिल्कुल नहीं ये फ्री है जी फ्री नहरी पानी मांग ये भी फ्री है बहुत वड्डा इहदा पंजाब सरकार दी जानी ये थ्यूरी आ पहला भी चलता सी हुण मान सरकार ने अच्छा मैं एक गल वेखी है भाई जी मैं भी इत्थे जर्ग नाल मेरा वास्ता रहा जदों 1984 तो बाद बहुत सारा इत्थे हिंदू भाईचारा चलिया गया डर दा माहौल बनिया दुकानदार बहुत सारे चले गए रौनी ने तरक्की की जर्ग थोड़ा पछड़िया हुण लोग देश विदेशों नूं जा रहे ने पिंड खाली जिहा हो गया मैं वेख रहा बहुत सारे प्रवासी लोग जर्ग दे विच रहिंदे ने जर्ग दे स्थानक लोग बाहर चले गए ने ये तब्दीलियां बहुत आ गईयां हाँ जी आ गईयां जिहड़े तां असल जमीर पंजाब नूं जूज करदे ने ओह तां नहीं हिंदू गए अच्छा जिहड़े जिन्हें पंजाब नूं डुबोण दी कोशिश कीती आ प्रापोगंडा कीता ओह हिंदू शहरां चले हुण शहरां चले तां गए हुण पंजाब तो बाहर तो नहीं गए नहीं बहुत सारे आम लोग भी चले गए ने नशे पत्ते दे की हालात ने पिंडा च बई ये साहब खुद मैं आप ही नशा करी बैठा हाँ, तो ही तो पैग लाया हाँ पैग लाया जो नशे की गल करते हैं ना ये साड़िया जो सरकार छोड़ो वो तो दूर की गल आ जो साडा भाईचारा ये नशा बंद होन नहीं दिंदा साडा भाईचारा जो असलियत आ अच्छा सरकारां तां दूर दीआं गल्लां चली गईआं ना साडे गवांढ जिहड़ा नशा वेचदा क्योंकि सानूं उत्थों प्रॉफिट आ असीं उत्थों खरीददे आ सानूं सस्ता मिल जांदा जी वैसे भाई ने बिल्कुल सच्ची गल कीती है क्योंकि मेले मसाव्यां ते गलासी गलूसी जंक्शन चलदा सो इन्हां ने अपने दिल की गल कहती वैसे मैनूं तां लग नहीं सी रिहा वी खैर इन्हां ने जी सो बहुत बहुत धन्यवाद भाई जी तुसीं बहुत सोहणियां गल्लां होर सुणाओ कोई मेरी अच्छा जिहड़ी लाइब्रेरी आ लाइब्रेरी च किन्ने लोक आउंदे आ पढ़न लाइब्रेरी दे विच घट्टो घट्ट ज्यादा तो नहीं मैं कह सकता पांच अखबार आ रहे ने अच्छा वो भी फ्री टेंट अच्छा कुछ सर अपने सरदार बलबीर सिंह कैनेडियन कैनेडियन वाले अच्छा वो भेज रहे ने क्योंकि उन्होंने भतीजे के नाम कैप्टन जितेंद्र सिंह हाँ जितेंद्र सिंह के नाम से कुछ साढ़े दो अखबार ने जेडे वह फ्री उन्हों यूज करते हैं अच्छा भेज रहे ते बड़े उत्थे कम से कम किताबां वगैरह भी कोई नहीं किताब वैसे तो है क्योंकि उत्थे इंचार्ज नहीं कोई अच्छा इंचार्ज नहीं कोई आप ही बस अपने आप ही नहीं नहीं जेड़ा किताब बॉक्स हुआ ना ब्लॉक आ जाओ कमरा अच्छा वो बंद रहता है अच्छा क्योंकि इंचार्ज नहीं कोई जी जी धन्यवाद सो बहुत बहुत धन्यवाद सो इसी जानकारी ते जर्ग दे मेले दे होर अंश तुहानू दिखाउने आ बहुत सारे लोग आ रहे ने भीड़ काफ़ी आ मेले ते लोग मत्था टेकन आ रहे ने इस तरह का जिहड़ा सिलसिला बनिया होया ते काफ़ी तादाद च जिहड़े लोग ने तकरीबन बसां च भावें भीड़ काफ़ी है बच्चे स्कूलों दे आ रहे ने ते आ जिहड़ा बाजार है काफ़ी ये चीज़ां बई जी जस्सी कबड्डी दे वधिया खिडारी ने जस्सी जी सति श्री अकाल अच्छा तुसीं बोलदे ने कबड्डी दे काफ़ी चर्चित खिडारी रहे ने पर थोड़ा जिहा संकोच करदे ने जर्ग वाला गोला ते जस्सी कबड्डी दे बड़े चर्चित खिडारी रहे ने ते जर्ग दा जिहड़ा ये सिलसिला कि पुराना सिर्फ बस स्टैंड इत्थे रह गया ते होर सारियां चीज़ां च जिहड़ा तकरीबन बदला आ गया ये बड़ा पुराना बस स्टैंड है मैनूं चेते है ते हुण ते सड़क तो काफ़ी नीवां हो गया सो ये बस स्टैंड है सो इन्ना क जिहड़ा बाजार है ते ताश चल रही है सीप लग रही है साथ विच सीप खेडां ਬਾਬਿਆਂ ਦੀ ਢਾਣੀ ਨਾਲ ਸੋ ਸੀਪ ਖੇਡ ਰਹੇ ਨੇ ਜੀ ਵੀਰ
सो असीप का सिलसिला चल रहा। सो ये पुराना जिहड़ा बस स्टैंड इत्थे रह गया, अदरवाइज सारिया चीज़ा ने तकरीबन वो तब्दील हो गई ने। सो ये गलबात, तो अगे तुहानू दिखाने जरग के मेले के रंग। दोस्तों राजस्थान का एक गड्डी लहार भाईचारे के लोग ने, इन्होंने भी वैसे तो इन्होंने बारे कहा जाता क्योंकि जदों मुगलों का राजपूत राजे सीगे जेडे छड़ के आ गए सन राजस्थान नूं, टपरी वास की तरह विचरते सन, तो ये भी पक्के इस तरह रैन बसेरे बना के रह रहे हैं, इतने छोटे छोटे कारोबार कर रहे हैं, स्कूटर आदि खड़े ने। इन्हों बारे कहा जाता कि छत आदि नहीं पाते, पर इस तरह ये इतने तकरीबन पक्की वसों इन्होंने कर ली है। पहला ये नगौरी बच्चे बल्द वगैरह का वेचण का इन्हों का कामकाज होंदा सी, अजकल इन्ह ने भी अपने कामकाज शोभे धंधे बदल लए ने। सो इस तरह जिहड़ा मेले के रस्ते दे विच पूरियां उस तरह निक्के निक्के साजो समान दीयां दुकानां सड़क के दोने पासे लगियां ने। सो इस तरह का सिलसिला चल रहा है इस रवायती मेले दे विच। आ वेखो सड़कां ते इस तरह इन्होंने अपने छोटे छोटे घर बना के छप जड़ा छत्तां बना रखियां ने, ते जिथे इन्हां दा रहण बसेरा इस भाईचारे दे लोगां दा। ते दोस्तों ये राजस्थान दा राजपूत भाईचारे दे लोग ने, बड़े मेहनती लोग ने, पहलां तकले खुरचने लोहे दे संद ये बनाउंदे सीगे, ते नाल इन्हों दा बलदां दा बहुत वधिया काम सी, नगौरी बच्चे पालदे सी, बड़े मेहनतकश लोग ने, पर वक्त नाल इन्हां दे सारे धंदे ओह शोभे काम बंद हो गया। मैं वेख्या कि जरग दे विचों 100-150 दे करीब मैंबर होने ने जिहड़े रहिंदे आ, भावें इन्हां दे साधन इस तरह टैंपरेरी घर बना के रह रहे ने। चुल्हे बहुत सोहणे बनाए ने, देखो चुल्हिआं ते किन्नी सोहणी जिहड़ी पेंटिंग आ होई है। सो इस भाईचारे दे कुछ लोग ने, उहनां नाल गल्लबात करदे आ। की नाम जी तुहाडा? नाम डोगर है जी अपना। हर नाम डोगर? हाँ जी, डोगर डोगर कलाई डोगर। हाँ जी। अच्छा राजपूत भाईचारे दे लोग? हाँ राजपूत। अच्छा चेहरे ते बहुत लाली है, की खांदे पींदे हो? आपा कुछ नहीं खांदे पींदे, रोटी खाने। नहीं ओही खुराक वधिया खांदे हो? हाँ रोटी खाने, दारू आपा नहीं पींदे, मीट आपा नहीं खांदे। वैसे हुण इत्थे किन्नी देर तो रह रहे हो? इत्थे इत्थे हो गए सानू 15-16 साल। 15-16? बच्चे जिवें छोटे बच्चे आ स्कूल जांदे आ? हाँ स्कूल जांदे ने। सरकारी स्कूल च? सरकार वालों कोई सहूलत मिलती है? सहूलत सानू दाने दूने मिली जांदे, दाने दूने मिली जांदे ने जी। अच्छा वो जिहड़ी आटा दाल स्कीम वाले? हां वो स्कीम वाले मिलते। अच्छा ते जिहड़ा पुराना काम सीगा नगौरी बच्चियां दा बलदां दा, वो चलदा है? वो जी हुण बंद है, मैं तुहानू दसां बेकी कोई एक अद्धा डंगर ले आउंदे आ बस, इत्थे कोई रेड़े वाला कोई जिम्मेदार ले जांदा। अच्छा हरा होरा ढोण वाले बस। अच्छा हुण पंजाबी सारे बोलण लग गए आ, माई भी पंजाबी बोलदी है? हां पंजाबी। अच्छा इन्हां नाल गल करदे आ, हुक्का तुहाडा बड़ा वधिया, ओ माई गॉड, किन्ने किलो दा है? ए किलो दा किहड़ा वजन करिया इहदा? अच्छा इह तां पुराना ही है, काफी भारी है। हां पानी विखाओ, किवें पींदे हो? ए गुड़ गुड़ क्यों करदा? पानी है विचों, विच पानी है। अच्छा जिहड़े लोग सीधी सिगरेट पींदे आ ओह नुकसानदायक है? नुकसानदायक नहीं, सिगरेट नुकसान है, ये नहीं नुकसान, इहदा नुकसान नहीं है, इहदा पानी विचों दी धुआं घुम के आउंदा है। पानी कित्थे पाया हुंदा इहदे? आ देखो आ थले, आ दिखाओ जरा ये, आ देखो
दोस्तों वैसे पंजाब दे विच अच्छा इहदे विच पाणी है ओके ते ये जदों तुसीं सूटा मारदे हो पाणी ओह बोलदा गुड़ गुड़ मैनू याद है एक मेरे वाकफ सीगे बचपन च मैं सुनिया वो इस तरह हुक्का जदों गुड़ गुड़ करदा वो कहिंदे मैनू गुड़ गुड़ अच्छी लगती है ते मैं कहिंदे गुड़ इसे करके गुड़ गुड़ करके पाणी पीना ते इस दौरान ये किन्ना पुराना हुक्का है ਇਹਦਾ ਪੀੜ੍ਹੀਆਂ ਹੀ ਲੰਘ ਗਈਆਂ ਜੀ ਪੀੜ੍ਹੀਆਂ ਲੰਘ ਗਈਆਂ ਇਸ ਨੂੰ ਹਾਂ ਪੀੜ੍ਹੀਆਂ ਲੰਘ ਗਈਆਂ ਇਸ ਨੂੰ ਅਤੇ ਇਹ ਜਿਹੜਾ ਇਹਨਾਂ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਰਵਾਇਤੀ ਨੇ ਇਸ ਦੇ ਵਿੱਚ ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਂ ਜੀ ਤੁਹਾਡਾ ਮੇਰਾ ਨਾਮ ਅਮਰਜੀਤ ਹੈ ਅਮਰਜੀਤ ਹਾਂ ਤੁਹਾਡੀਆਂ ਅੱਖਾਂ ਬਹੁਤ ਸੋਹਣੀਆਂ ਨੇ ਜੀ ਅੱਛਾ ਜੀ ਅਤੇ ਕਿੰਨੇ ਸਾਲ ਉਮਰ ਹੈ ਤੁਹਾਡੀ ਉਮਰ ਹੋ अच्छा और लड़की कहती 30 साल दी है 60 के साल हो 60 साल दी है अच्छा ते गुजारा किवें हुंदा अजकल फिर गुजारा इकने माड़ा मोटा हो ही जांदा है पिंडा च मंगत के बच्चा नु गुजारा अच्छा मैनु याद है वो अगे गीत भी आया सी लै लो तकले खुरचने तुसी होका दंदे हुंदे सी माता जी तकले खुरचने किवें होका दंदे सी होका देके दिखाओ ਵਾਈ ਓਕਾ ਦਿੰਦੇ ਤੇ ਤੱਕਲੇ ਲੈ ਲਓ ਖੁਰਚਣੇ ਲੈ ਲਓ ਨਹੀਂ ਨਹੀਂ ਬੋਲ ਕੇ ਦਿਖਾਓ ਮੈਂ ਉੱਚੀ ਬੋਲ ਕੇ ਦਿਖਾਓ ਉੱਚਾ ਨਹੀਂ ਮੈਂ ਤੂੰ ਬੋਲ ਜਿਵੇਂ ਵੀ ਹੌਲੀ ਬੋਲਿਆ ਜਾਂਦਾ ਬੋਲ ਕੇ ਵਿਖਾਓ ਉਹ ਕੀ ਕਹਿੰਦੇ ਹੁੰਦੇ ਸੀ ਤੱਕਲੇ ਲੈ ਲਓ ਖੁਰਚਣੇ ਲੈ ਲਓ ਪ੍ਰਾਂਤਾਂ ਨੂੰ ਪੌੜ ਲਵਾ ਲਓ ਬੋਲ ਕੇ ਦਿਖਾਓ ਪਲੀਜ਼ ਇੱਕ ਵਾਰੀ ਤੱਕਲੇ ਲੈ ਲਓ ਖੁਰਚਣੇ ਲੈ ਲਓ ਚਿਮਟੇ ਲੈ ਲਓ ਛਾਲਣੇ ਕਰਾ ਲਓ ਛੱਜ ਕਰਾ ਲਓ ਬਸ ਇੱਕ ਵਾਰੀ ਹੋਰ ਬੋਲੋ ਸੰਗ ਦੇ ਹੋ ਜੇ ਬਹੁਤ ਹੈ ਇੰਨਾ ਬੋਲਿਆ ਨਹੀਂ ਜਾਂਦਾ ਮੈਨੂੰ ਅੱਛਾ ਪੈਸੇ ਤਾਂ ਉਦੋਂ ਨਹੀਂ ਸੀ ਦਿੰਦੇ ਇਹਨਾਂ ਚੀਜ਼ਾਂ ਬਦਲੇ ਦਾਣੇ ਕਣਕ ਦਿੰਦੇ ਹੁੰਦੇ ਦਾਣੇ ਕਣਕ ਗੁਜ਼ਾਰਾ ਫਿਰ ਵਧੀਆ ਹੋ ਜਾਂਦਾ ਸੀ ਹੁੰਦਾ ਸੀ ਅੱਛਾ ਉਹੀ ਮਾੜਾ ਮੋਟਾ ਵਿਕ ਜਾਂਦਾ ਸੀ ਦਾਣਾ ਫੱਕਾ ਆਟਾ ਖਾ ਲੈਂਦੇ ਤੇ ਸਾਨੂੰ ਵੀ ਜਗ੍ਹਾ ਵਾਲਾ ਕੰਮ ਕਰਕੇ ਜੇ ਉਹਨੂੰ ਕੋਈ ਜਗ੍ਹਾ ਮਿਲ ਜਵੇ ਸਰਕਾਰ ਵੱਲ ਕੋਈ ਅੱਛਾ ਤੁਹਾਡੀ ਵੋਟ ਬਣੀ ਹੋਈ ਹੈ ਵੋਟਾਂ ਅਧੀਆਂ ਬਣੀਆਂ ਹੋਈਆਂ ਜੀ ਅਧੀਆਂ ਨਹੀਂ ਬਣੀਆਂ ਹੋਈਆਂ ਅੱਛਾ ਹਾਂ ਕੋਈ ਤੇ ਤੁਹਾਡੇ ਬੱਚੇ ਸਕੂਲਾਂ 'ਚ ਜਾਂਦੇ ਆ ਹਾਂ ਜਾਂਦੇ ਨੇ ਜੀ ਧਾਰ ਕਾਰਡ ਸਭ ਕੁਝ ਬਣਿਆ ਆ ਅੱਛਾ ਹਾਂ ਅੱਛਾ ਇੱਕ ਕਿਹਾ ਜਾਂਦਾ ਕਿ ਤੁਹਾਡੇ ਭਾਈਚਾਰੇ ਦੇ ਲੋਕ ਪੱਕੀ ਛੱਤ ਥੱਲੇ ਨਹੀਂ ਰਹਿੰਦੇ ਹੁੰਦੇ ਨਾ ਨਾ ਜੀ ਰਹਿੰਦੇ ਆ ਅਸੀਂ ਤਾਂ ਪੱਕੇ ਰਹਿੰਦੇ ਆ ਜੇ ਕੋਈ ਜਗ੍ਹਾ ਦਵਾਓ ਤੇ ਮਕਾਨ ਪਾ ਕੇ ਦਿਓ ਅੱਛਾ ਤੇ ਤੁਹਾਡਾ ਕੀ ਨਾਂ ਆ ਜੀ ਕੀ ਦਾ ਅਮਰਜੀਤ ਹਾਂ ਇਹਦਾ ਪੰਜਾਬ ਵਾਲਾ ਨਾਂ ਆ ਅੱਛਾ ਤੁਹਾਡਾ ਕੀ ਨਾਂ ਆ ਬਈ ਜੀ ਆ ਬੱਚੀ ਦਾ ਕੀ ਨਾਂ ਆ ਹੈ ਇਹਦਾ ਨਾਮ ਸੰਜਨਾ ਹੈ ਸੰਜਨਾ ਹਾਂ ਇਹ ਮੱਥੇ ਤੇ ਚੰਦ ਖਣਵਾਇਆ ਹੋਇਆ ਤੁਸੀਂ ਅੱਛਾ ਇਹ ਜਿਵੇਂ ਨਵੀਆਂ ਲੜਕੀਆਂ ਚਲੋ ਸੰਗਦੀਆਂ ਨੇ ਇਹ ਜਿਵੇਂ ਕਹਿੰਦੇ ਆ ਨਾ ਕਿ ਮਰਿੰਡੇ ਵਾਲਾ ਫਾਟਕ ਬੰਦ ਮਿਲਦਾ ਬਠਿੰਡੇ ਵਿੱਚ ਸੋਨੇ ਵਾਲਾ ਦੰਦ ਮਿਲਦਾ ਤੁਹਾਡੇ ਕਾਫੀ ਰਿਵਾਜ ਆ ਸੋਨੇ ਦਾ ਦੰਦ ਲਵਾਉਣ ਦਾ ਲਵਾਉਣ ਦਾ ਦੰਦ ਹੈਗਾ ਅੱਛਾ ਹੋਰ ਜਿਵੇਂ ਤੁਹਾਡੇ ਗਹਿਣੇ ਗੱਟੇ ਆ ਉਹ ਵੀ ਸਾਰੇ ਪੁਰਾਣੇ ਗਹਿਣੇ ਗੱਟੇ ਹੁਣ ਕੋਈ ਗਹਿਣਾ ਗੱਟਾ ਨਹੀਂ ਆ ਹੁਣ ਤਾਂ ਪੰਜਾਬੀ ਲੋਕ ਬਣ ਗਏ ਅੱਛਾ ਪੰਜਾਬੀ ਬਣ ਗਏ ਹੋ ਪੂਰੀ ਪੰਜਾਬੀ ਬੋਲਦੇ ਪੂਰੀ ਪੰਜਾਬੀ ਅਵੇ ਥੰਬੀ ਤਾਂ ਥਾ ਗੱਲ ਸੁਣ ਗੁੱਡੀ ਬਹੁਤ ਸੋਹਣਾ ਬੋਲਦੀ ਹੈ ਉਰੇ ਆ ਬੇਟਾ ਗੱਲ ਸੁਣ ਉਰੇ ਆਓ ਗੱਲ ਸੁਣ ਕੁੜੀਆਂ ਸੰਗਦੀਆਂ ਨੇ ਅੱਛਾ ਤੁਹਾਡੇ ਗੱਡੀ ਲੋਹਾਰ ਭਾਈਚਾਰੇ ਦੀਆਂ ਕੁਝ ਕੋਈ ਗੀਤ ਵੀ ਹੁੰਦੇ ਸੀਗੇ ਪੁਰਾਣੇ ਕੋਈ ਸੁਗੰਧ ਵਗੈਰਾ ਖਾਂਦੇ ਹੁੰਦੇ ਸੀ ਕੋਈ ਚੀਜ਼ ਨਹੀਂ ਖਾਂਦੇ ਤੇ ਅੱਛਾ ਸੁਗੰਧ ਸੌ ਕੋਈ ਚੀਜ਼ ਨਹੀਂ ਖਾਂਦੇ ਸੀਗੇ ਜੈਸਲਮੇਰ ਰਾਜਸਥਾਨ ਨਹੀਂ ਜਾਂਦੇ ਮੁੜ ਕੇ ਨਾ ਨਹੀਂ ਗਏ ਇਹ ਸੁਗੰਧ ਹੈ ਤੁਹਾਨੂੰ ਹਨਾ ਉਹ ਤੋਂ ਕੇਰਾ ਨਿਕਲ ਗਏ ਤੇ ਮੁੜ ਕੇ ਨਹੀਂ ਗਏ ਕੇਰਾ ਨਿਕਲ ਕੇ ਮੁੜ ਕੇ ਨਹੀਂ ਗਏ ਮੁਗਲਾਂ ਦੇ ਜ਼ੁਲਮ ਦੇ ਦੋਸਤੋ ਜਦੋਂ ਇਹ ਮੁਗਲਾਂ ਨੇ ਇਹਨਾਂ ਤੇ ਅਟੈਕ ਕੀਤਾ ਨਾ ਤੇ ਉਦੋਂ ਇਹਨਾਂ ਨੇ ਮਤਲਬ ਸੌਂਹ ਖਾਧੀ ਸੀ ਕਿ ਜਾਂ ਤਾਂ ਆਪਣਾ ਖੁੱਸਿਆ ਰਾਜ ਭਾਗ ਵਾਪਸ ਲਵਾਂਗੇ ਉਨੀ ਦੇਰ ਅਸੀਂ ਨਹੀਂ ਆਵਾਂਗੇ ਉਸ ਤੋਂ ਬਾਅਦ ਇਹ ਪ੍ਰਵਾਸੀ ਹੋ ਗਏ ਸੀਗੇ ਮੁਗਲ ਰਾਜ ਦੇ ਵਕਤ ਇਹਨਾਂ ਤੇ ਕਾਫੀ ਜ਼ੁਲਮ ਜਿਹੜੇ ਹੋਏ ਸੀਗੇ ਤੇ ਅੱਜ ਕੱਲ ਫਿਰ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਵਗੈਰਾ ਆਪਣੇ ਭਾਈਚਾਰੇ ਇੱਥੇ ਹੀ ਕਰਦੇ ਆ ਅੱਛਾ ਕਾਦੇ ਕਿਹੜੀ ਰਸਮ ਨਾਲ ਹਾਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਗੋਤ ਰੱਖਦੇ ਨੇ ਚਾਰ ਦੋ ਨਾਨਕਿਆਂ ਕੰਨੀ ਦੋ ਦਾਦਕਿਆਂ ਕੰਨੀ ਹੋ ਜਾਂਦੇ ਅੱਛਾ ਗੋਤ ਕਿਹੜੇ ਕਿਹੜੇ ਗੋਤ ਹੁੰਦੇ ਤੁਹਾਡਾ ਗੋਤ ਕੀ ਗੋਤ ਆਹੀ ਹੁੰਦੇ ਨੇ ਕੋਈ ਸਿਰਾ ਸਿੱਧੂ ਹੋ ਗਿਆ ਕਿਸੇ ਦਾ ਲੋਹਾਰ ਹੋ ਗਿਆ ਕੋਈ ਕਿਸੇ ਕੇ ਹੁੰਦੇ ਨੇ ਅੱਛਾ ਸਿੱਧੂ ਗੋਤ ਤੁਹਾਡੇ ਚ ਵੀ ਹੈ ਹੈਗਾ ਪਰਮਾਰ ਹੋਏਗਾ ਹਨਾ ਹਾਂ ਜੀ ਸਾਰੇ ਗੋਤ ਉਹੀ ਰਾਜਪੂਤਾਂ ਵਾਲੇ ਪੰਜਾਬ ਵਾਲੇ ਗੋਤ ਹੈ ਤੁਹਾਡੇ ਤੇ ਦਾਜ ਵਗੈਰਾ ਵੀ ਦਿੱਤਾ ਜਾਂਦਾ ਤੁਹਾਡੇ ਭਾਈ ਦਾਜ ਵਗੈਰਾ ਇਹੀ ਹੁੰਦਾ ਬਸ ਕੋਈ ਭਾਂਡਾ ਟਿੰਡਾ ਹੁੰਦਾ ਕਪੜਾ ਲੀੜਾ ਹੁੰਦਾ ਅੱਛਾ ਬਸ ਆਹੀ ਦਾਜ ਅੱਛਾ ਜਿਵੇਂ ਅੱਜ ਕੱਲ ਉਹ ਕਹਿੰਦੇ ਨੇ ਮੱਥੇ ਉੱਤੇ ਚੰਦ ਖਣਵਾਈ ਫਿਰਦੀ ਇਹ ਮੱਥੇ ਤੇ ਚੰਦ ਵਗੈਰਾ ਵੀ ਖਣਵਾਉਂਦੇ ਹੁੰਦੇ ਸੀ ਜਿਵੇਂ ਤੁਹਾਡੇ ਬਣਾਇਆ ਹੋਇਆ ਹਨਾ ਇਹਨੂੰ ਕੀ ਕਹਿੰਦੇ ਆ ਇਹਨੂੰ ਚੰਦੇ ਕਹਿੰਦੇ ਨੇ ਚੰਦੇ ਹਾਂ ਨਾਂ ਲਿਖਾਇਆ ਹੁੰਦਾ ਕਈ ਵਾਰੀ ਆਪਣਾ ਜਿਵੇਂ ਆ ਨਾਲ ਤੁਹਾਡਾ ਇਸ ਤਰ੍ਹਾਂ ਬਣਾਇਆ ਆ ਤੂੰ ਬੇਲ ਜੀ ਪਾਈ ਹੋਈ ਹੈ ਨਾ ਬੇਲ ਜੀ ਪਾਈ ਹੋਈ ਹੈ ਨਾ ਮਸ਼ੀਨ ਨਾਲ ਲਿਖਾਉਂਦੇ ਹੁੰਦੇ ਸੀ ਹਾਂ ਮਸ਼ੀਨ ਨਾਲ ਅੱਛਾ ਅੱਛਾ ਤੇ ਮੁੜ ਕੇ ਕਦੇ ਰਾਜਸਥਾਨ ਨਹੀਂ ਗਏ ਤੁਸੀਂ ਕਿੱਥੋਂ ਦੇ ਜੰਮ ਪਲ ਉਦਾਂ ਇੱਥੇ ਦੇ ਹੀ ਆ ਪੰਜਾਬ ਦੇ ਕਿੰਨੇ ਬੱਚੇ ਤੁਹਾਡੇ
मेरे छे बेटियां बेटे दो बेटियां चार बेटे की काम कर दे सारे बस आही काम कर दे ने बस दिहाड़ी जोता दा अच्छा हुन ता दिहाड़ी जोते ने दिहाड़ी जोता पिंड च लेबर दा काम कर दे कोई मिस्त्री नाल कोई उ बड़े जुझारू लोग सीगे राजपूत भाईचारे चो सीगे जदों मुगलां दे अटैक होए तां राजस्थान छड्ड के इस इलाके च आ गए ने ते अजकल इत्थे ही प्रवास की जिंदगी ए जिउंदे ने चलो जरूर देके जावांगा मैं मंग लिया मैं कैमरे के सामने दे जांगा कोई गल नहीं ते अच्छा कदे जड़ा मीडिया आया तो अड़ी कदे कोई गल सुनदा है भी तुहानू की प्रॉब्लम्स ने आ चको 100 रुपया ते आ लो चलो बच्चियां दे नाते दान पुन करना चंगा क्योंकि मैं धर्म गोलकां च पैसे घट पाउना चलो बच्चियां नू कुछ लै दिओ जलेबियां खवा दिओ अच्छा कोई बीमारी ठमारी तुहानू लग जांदी ना ना सानू बीमारी कोई गड्डियां वाले नू नहीं हैगी अच्छा एक आंटी मैं सुनिया क्योंकि गड्डी लहर भाईचारे ते बहुत सारे इतिहास लिखिया होया जिहड़ी औरत बच्चा जम्मण समय क्योंकि आम भाईचारे च क्योंकि तुहाडियां जिहड़ियां औरतां ने मेहनत बहुत करदियां सी जिहड़ियां होण वालियां पंजाब दियां औरतां ने ओह कम्म छड्ड गईआं एक मैं मंजा ही नहीं छड्डदियां ओह मंजे जोगी रह जांदियां एक मैं जिहड़ी कहानी सुनी है जां पढ़ी है इतिहासकारां ने लिखिआ कि तुहाडे भाईचारे च उस औरत नूं वधिया नहीं समझिआ जांदा जिहड़ी जनेपे दे वक्त किसी की मदद मंगे जानी अपना बच्चा वो आप जन दिंदिया सी इन्नी उन्होंने जरूरत सी जरूरत थी अच्छा जिवें अजकल सजेरियन जिन्हों कहिंदे आ वड्डे ऑपरेशन नाल बच्चे पैदा होने तुहाडे परिवारां च हुण भी मेरे ख्याल बच्चे बच्चियां अपनी डिलीवरी जानी कि जन्म बच्चे का नॉर्मल कर नॉर्मल कर ऑपरेशन नहीं कराउंदे कोई कोई ऑपरेशन होंदे भी ने जानी वो आम बच्चा नॉर्मल है उहदा कारण दोस्तों ये भी है जिवें घर मापिया ने रखी लाडली सहुरिआं लाली चक्की नहीं मां दी लाडलीए नौ वाल पेंदे वक्खी क्योंकि इस भाईचारे के लोग ने जिहड़े लड़कियां मेहनत बहुत कर दियां ने दूसरा मैं एक पढ़िया किते कि इस भाईचारे दियां औरतां जिहड़ियां लाल मिर्च का बीज है वह बहुत खांदियां उहदे नाल जिहड़ी तुहाडी बॉडी है फिजीक है खुराक इन्हां दी बहुत वधिया बाजरे की रोटी ज़्यादा खाते हो ना पहला खाते तो हुण नहीं खाते हुण तो बाजरा मिलता नहीं महंगा हो गया हुण बच्चे खाते भी नहीं है जी ਹੁਣ ਤਾਂ ਬਸ ਆਹੀ ਮੱਕੀ ਰੋਟੀ ਆ ਕਣਕ ਦੀ ਰੋਟੀ ਆ ਬਸ ਆਹੀ ਅੱਛਾ ਵਿਆਹ ਆਪਣੀ ਰਜਾਮੰਦੀ ਨਾਲ ਵੀ ਬੱਚੇ ਕਰਾ ਲੈਂਦੇ ਆ ਲਵ ਮੈਰਿਜ ਵਗੈਰਾ ਨਹੀਂ ਉਹ ਨਹੀਂ ਸਾਡੇ ਕੰਮ ਮਾਪਿਆਂ ਦੀ ਮਰਜ਼ੀ ਨਾਲ ਮਾਪੇ ਦੀ ਮਰਜ਼ੀ ਨਾਲ ਜੋ ਮਾਪਾ ਕਰ ਦੂ ਉਹੀ ਬੱਚਾ ਸਾਡਾ ਵਿਆਹ ਕਰਾਉ ਜਿਹੜੀ ਤੁਹਾਡੀ ਉਸ ਵਕਤ ਦੀ ਉਹ ਸਰਦਾਰਾ ਬੜੀ ਕਿ ਰਵਾਇਤੀ ਜੀ ਬੋਲੀ ਸੀ ਉਹ ਭੁੱਲ ਭੱਲ ਗਈ ਸਾਰੀ ਉਹ ਭੁੱਲ ਗਈ ਹੁਣ ਸਾਰੀ ਪੰਜਾਬੀ ਬੋਲੀ ਹੈ ਜਿਹੜੀ ਰਾਜਸਥਾਨੀ ਮਾਰਵਾੜੀ ਬੋਲੀ ਸੀ ਉਹ ਸਾਰੀ ਭੁੱਲ ਗਈ ਲੋਕਾਂ ਨੂੰ ਸਾਰੇ ਭੁੱਲ ਗਈ ਸਾਰੀ ਜੀ ਮਤਲਬ ਪੰਜਾਬੀ ਜਾਂ ਹਿੰਦੀ ਬੋਲਣੀ ਰਹਿ ਗਈ ਹੈ ਨਾ ਬਸ ਆਹੀ ਰਹਿ ਗਈ ਹੁਣ ਬੱਚੇ ਅੱਡੋ ਅੱਡੀ ਪੜ੍ਹਦੇ ਲਿਖਦੇ ਨੇ ਫੜਦੇ ਤੁਰਦੇ ਨੇ ਬੱਚਾ ਜੱਟਾਂ ਨਾਲ ਉਹੀ ਬੋਲੀਆਂ ਹੁਣ ਬੋਲੀ ਜਾਂਦੇ ਨੇ ਉਹੀ ਮਤਲਬ ਠੇਠ ਪੰਜਾਬੀ ਬੋਲੀ ਹੁਣ ਉਹ ਪਹਿਲਾਂ ਵਾਲੀ ਬੋਲੀ ਰਹੀ ਨਹੀਂ ਸਾਡੀ ਅੱਛਾ ਪਹਿਲਾਂ ਵਾਲੀ ਬੋਲੀ ਪਹਿਲੀ ਬੋਲੀ 'ਚ ਜਿਵੇਂ ਤੁਹਾਨੂੰ ਤਾਂ ਸ਼ਾਇਦ ਚੇਤੇ ਆ ਕੋਈ ਉਸ ਵਕਤ ਦੇ ਕੋਈ ਰਾਜਸਥਾਨੀ ਗੀਤ ਵਗੈਰਾ ਵੀ ਹੁੰਦੇ ਸੀਗੇ ਪਹਿਲਾਂ ਹੁੰਦੇ 'ਚ ਹੁਣ ਕੋਈ ਜਾਣਦਾ ਨਹੀਂ ਵੈਸੇ ਦੋਸਤੋ ਇੱਕ ਸਰਵੇ ਹੈ ਮੈਂ ਅਕਸਰ ਜ਼ਿਕਰ ਕਰਦਾ ਹੁੰਦਾ कि पिछे जे इंडिया गौरमेंट एक सर्वे किया कि मावां नूं उन्हां दियां लोरियां बच्चें दियां किन्नियां याद ने तो उस मामले च राजस्थान दियां मावां पहले नंबर ते आईआं सी जिन्हां नूं बच्चें दियां लोरियां याद ने जिहदे नाल ओह बच्चें नूं खड़ाउंदियां ने सहलाउंदियां ने पंजाब अते हरियाणे दियां मावां 11वें स्थान ते आईआं सी पूरे इंडिया दे विच्चों जिहड़ी बच्चों नूं सलाउण समय लोरी दिंदा सी चंदा मामा फलां फलां ओह कोई लोरी याद है ना ना इस वक्त सब भुल गए हुण पहलां वाली बुढ़ियां दे जी पहला वाली बुढ़िया उ गल याद रह गई नूण तेल लकड़ियाँ भुल गए राग रंग भुल गई जकड़ियाँ सब भुल गया सब भुल गए सब मतलब पहला तो पंजाबी घट आउंदी सी तुहाडी अपनी बोली ज्यादा बोलदे सी है ना पहला बोलदे हुंदे ते हुण तां बस सारे पंजाबी बोलदे अच्छा हुक्का तां तुसीं वी पी लैंदे हो ना हां पी लैंदे पी के दिखाओ ओ पौण गया पत्त अच्छा पौण गया इहदे च फिर तमाकू वरतदे हो की वरतदे हो तमाकू अच्छा पर इह जिहड़ियां नवीआं बच्चियां ने ओह तां नहीं हुक्का वगैरह ना 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 मैं तो बुढ़ाई पीना छे बच्चे कोई नहीं पीते अच्छा। ना कोई नूहा ना कोई जवाक मुंडे कुड़िया अच्छा कोई भी नहीं पर जिम्मे मैं देखा आंटी जी तो जो पहरावा रवायती है
ਪਰ ਹੁਣ ਕੁੜੀਆਂ ਨੇ ਜਿਹੜੀਆਂ ਧੀਆਂ ਬੇਟੀਆਂ ਇਹ ਨਵੇਂ ਪੰਜਾਬ ਵਾਲੇ ਸੂਟ ਪਾਉਣ ਲੱਗ ਇਹ ਹੁਣ ਸੂਟ ਪਾਉਂਦੀਆਂ ਨੇ ਮੁੰਡੇ ਪੰਜਾਬੀ ਕੁੜਤੇ ਤੁਸੀਂ ਆਪਣਾ ਜਿਹੜਾ ਗੱਡੀ ਲਹਾਰਾਂ ਵਾਲਾ ਸੂਟ ਸੀ ਉਹ ਆਪ ਸੂਈ ਨਾਲ ਸਿਲਦੇ ਹਾਂ ਸੂਈ ਨਾਲ ਸ਼ੌਂਕੇ ਫੇਰ ਪਾਉਂਦੀਆਂ ਹੁੰਦੀਆਂ ਤੇ ਹੁਣ ਮਸ਼ੀਨਾਂ ਤੇ ਸ਼ੌਂਦੇ ਆ ਹਾਂ ਆ ਸ਼ੌਂਕੇ ਤੁਹਾਡਾ ਲਫ਼ਜ਼ ਪੁਰਾਣਾ ਓਏ ਸਰਦਾਰਾ कोशिश करदी है के कोई चीज दित्ती जावे अच्छा वोटा पाउंदे ने पर सानू कोई सहूलत नहीं मिलदी कोई बैठण दी उठण दी हां अच्छा जी सो ए जेड़े तुहाडे मैं वेख्या मर्द मुंडे सारे चादरा लाउंदे आ जे भी हां ए पेंट हो कोई जई चादरा लाउंदा जणी पजामे कुर्ते पाउंदे ने पजामे कुर्ते पाउंदे आ बोली सारेयां दी पंजाबी हो गई पंजाबी सो ए आ दोस्तों जैसा देश वैसा भेस पर इन्हां लोकां दी गड्डी लहार भाईचारा बड़े ए रवायती मेहनती लोक सीगे तो हुण इन्हां दा भाईचारा भी पुराने रंग रंग छड्ड के पंजाब दे नवे रंगां दे विच शामिल हो गया सो हुक्के दा शौक इन्हां ने जरूर रख्या बाकी सारे शौक इन्हां ने छड्ड दित्ते ने सो इस भाईचारे दे कुछ वीर ने इन्हां नाल भी गलबात करदे आ की नाम भाई जी तुहाडा मेरा नाम बारिया हैं बारिया बारिया हाँ जी ते की काम काज करदे हो काम दिहाड़ी जोते दा दिहाड़ी जोता पुराने काम सारे बलदां वाले छड्ड गए ना ना जो नहीं कम कर दे अच्छा होर की कहना चाहते हो होर अभी यही चाहना चाहते हैं सरकार नू सानू थों मिलना चाहते बैठने पर पटियाले मैं देखिया पटियाले पंजा पंजा गज के प्लाट जेड़े ने वो देते ने तुहानू इस पासे नहीं कोई जगह वगैरह दिती ना सानू कोई जगह नहीं वगैरह दिती अच्छा आ जड़ा बई जी आ जड़ा बिच दा मिट्टी दा ते उपर लोहा चढ़ाया होया किवें बनाया होया अच्छा उपर गिर जांदा है फिर फुटदा अच्छा मतलब मिट्टी दा बर्तन कुजा उपर लोहा चढ़ा के इहनू सेफ कीता होया ए बड़ा पुराना वैसे तुहाडे बजुर्गां दा लगदा कुजदा ही है जी ए तां फुट जांदा होर लिया ले जी सो ए सी दोस्तो गड्डी लहार भाईचारा जिहड़ा पंजाब दे रवायती लोक हो गए ने उसे तरह भावें इन्हां ने अपनी शान नू आ वेखो कि जाली वाला दरवाजा भी लाया सो इस तरह की गुजर बसर ये करते हैं सड़कों के किनारे इस तरह के रह रहे हैं पर यह असल दे विच मैं समझदा कि मौजूदा समय के पंजाबी लोग ने इन्हां दा रहन सहन बिल्कुल उस तरह पंजाब वाला हो गया मोटरसाइकिल गड्डियां भी थोड़िया थोड़िया अपनी हैसियत मुताबक इन्होंने रखिया ने सो यह पंजाब का एक रंग गड्डी लहार भाईचारे के लोग पिंड जरग तो सत श्री अकाल।